हाँ जी दोस्तों, सब तो पहला तो प्यार भरी सत श्री अकाल जी। दोस्तों अज की वीडियो असी अमर सिंह चमकीला जी के अखीरले समय स्टेजों उत्ते वापरे उन्हां घटनाक्रमां ते चानना पावांगे जदों उन्हां नूं मिल रही धमकियां का सिलसिला बहुत ज्यादा वध गया सी ते उन्हां दे चलदे अखाड़े विच ही जना खाना आके स्टेज ते परची सुट के लंघ जा करदा सी ते उत्तों अमरजोत जी दे दूजा बेबी होण वाला सी। इसे कारण चमकीला जी प्रोग्रामां ते कदे हरनीत नीतू नूं अते कदे उषा किरण जी नूं अपने नाल लैके जाया करदे सी। दोस्तों इस गल तो यह अंदाजा तो लाया जा सकता है कि अपने अखीरले समय अमर सिंह चमकीला जी किन्ने तनाव दे विच जी रहे सी ते केड़े केड़े कलाकार उन्हां तों निजी तौर ते खार खांदे सी, इस दा भी जिक्र अज असीं इस वीडियो विच करन जा रहे हां। सारी वीडियो अखीर तक वेखियो, आ जाओ शुरू कर दे। यह गल कोई सन 1988 दे जनवरी महीने दे गेड़ दी है जदों अमर सिंह चमकीला जी ਬਠਿੰਡੇ ਲਾਗੇ ਆਪਣਾ ਅਖਾੜਾ ਲਾਣ ਗਏ ਹੋਏ ਸੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਕੁ ਮਿੰਟ ਪਹਿਲਾਂ ਹੀ ਹਰਜੀਤ ਗਿੱਲ ਚਮਕੀਲੇ ਨੂੰ ਪਾਸੇ ਕੋਈ ਗੱਲ ਦੱਸਣ ਲਈ ਲੈ ਗਿਆ। ਗਿੱਲ ਦੀ ਗੱਲ ਸੁਣ ਕੇ ਚਮਕੀਲਾ ਬਹੁਤ ਗਮਗੀਨ ਹੋ ਗਿਆ ਸੀ। ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਗੰਭੀਰ ਸੋਚਾਂ ਵਿੱਚ ਡੁੱਬਾ ਹੋਇਆ ਚਮਕੀਲਾ ਸਟੇਜ ਤੇ ਆ ਕੇ ਹਾਰਮੋਨੀਅਮ ਵਜਾਉਣ ਲੱਗ ਪਿਆ ਸੀ। ਹਰਨੀਤ ਨੀਤੂ ਨੂੰ ਸਮਝ ਨਹੀਂ ਸੀ ਲੱਗਦੀ ਕਿ ਹਰ ਵੇਲੇ ਹੱਸੂ ਹੱਸੂ ਕਰਦੇ ਰਹਿਣ ਵਾਲੇ ਚਮਕੀਲੇ ਨੂੰ ਆਖਰ ਹੋ ਕੀ ਗਿਆ ਸੀ। ਨੀਤੂ ਨੇ ਆਪਣੀ ਆਦਤ ਮੁਤਾਬਕ 2-4 ਵਾਰ ਮਜ਼ਾਕ ਵੀ ਕੀਤੇ ਲੇਕਿਨ ਚਮਕੀਲਾ ਰਤਾ ਵੀ ਨਹੀਂ ਸੀ ਹੱਸਿਆ। ਚੁੱਪ ਚਾਪ ਬੈਠੇ ਚਮਕੀਲੇ ਨੂੰ ਦੇਖ ਕੇ ਨੀਤੂ ਨੂੰ ਲੱਗਦਾ ਸੀ ਜਾਣੀ ਇਹ ਉਹ ਚਮਕੀਲਾ ਨਹੀਂ ਸੀ ਜੋ ਬੁੱਤ ਬਣਿਆ ਬੈਠਾ ਸੀ ਬਲਕਿ ਕੋਈ ਹੋਰ ਹੀ ਚਮਕੀਲਾ ਸੀ। ਅਸਲ ਚਮਕੀਲਾ ਤਾਂ ਹਸਮੁੱਖ ਸੁਭਾਅ ਦਾ ਮਾਲਕ ਸੀ। ਪ੍ਰੋਗਰਾਮ ਗਿੱਲ ਨੇ ਧਾਰਮਿਕ ਗੀਤ ਗਾ ਕੇ ਸ਼ੁਰੂ ਕਰ ਦਿੱਤਾ ਸੀ। ਚਮਕੀਲਾ ਸਟੇਜ ਦੇ ਪਿੱਛੇ ਗਿਆ ਤੇ ਟੈਂਟ ਦੇ ਓਹਲੇ ਖੜ ਕੇ ਉਸਨੇ ਜੇਬ ਵਿੱਚੋਂ ਬੰਡਲ ਕੱਢ ਕੇ 501 ਦੀਆਂ ਇਕੱਠੀਆਂ 2 ਬੀੜੀਆਂ ਸਲਗਾ ਲਈਆਂ। ਚਮਕੀਲਾ ਜਦੋਂ ਵੀ ਫਿਕਰਮੰਦ ਹੁੰਦਾ ਸੀ ਤਾਂ ਬੀੜੀ ਫੂਕਣ ਲੱਗ ਜਾਇਆ ਕਰਦਾ ਸੀ। ਤਣਾਅ ਤੋਂ ਮੁਕਤੀ ਪਾਉਣ ਦਾ ਇਹ ਉਸਦਾ ਆਪਣਾ ਹੀ ਨਰਾਲਾ ਢੰਗ ਸੀ। ਉਸਨੂੰ ਜਾਪਦਾ ਹੁੰਦਾ ਸੀ ਕਿ ਜਿਵੇਂ ਬੀੜੀ ਦੇ ਧੂੰਏ ਨਾਲ ਉਹ ਆਪਣੀ ਸਮੱਸਿਆ ਨੂੰ ਵੀ ਫੂਕ ਰਿਹਾ ਹੋਵੇ। ਪ੍ਰੋਗਰਾਮ ਸ਼ੁਰੂ ਹੋਇਆ ਤਾਂ ਸਟੇਜ ਉੱਤੇ ਚਮਕੀਲਾ ਆਪਣੇ ਅਸਲੀ ਰੰਗ ਵਿੱਚ ਆ ਗਿਆ ਸੀ। ਉਸਦੀ ਉਦਾਸੀ ਕਿਤੇ ਖੰਭ ਲਾ ਕੇ ਉੱਡ ਗਈ ਸੀ। ਉਹ ਹਾਸਾ ਮਜ਼ਾਕ ਅਤੇ ਚੁਲਬਲੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਹੋਇਆ ਪੂਰਨ ਪ੍ਰਸੰਨ ਸੀ। 2 ਘੰਟੇ ਦਾ ਪ੍ਰੋਗਰਾਮ ਕਦੋਂ ਨਿਬੜ ਗਿਆ ਨੀਤੂ ਨੂੰ ਇਹ ਪਤਾ ਹੀ ਨਹੀਂ ਚੱਲਿਆ। ਉਸ ਪ੍ਰੋਗਰਾਮ ਤੋਂ ਬਾਅਦ ਨਜ਼ਦੀਕ ਹੀ ਅਗਲਾ ਅਖਾੜਾ ਲੱਗਣਾ ਸੀ। ਅਗਲੀ ਜਗ੍ਹਾ ਜਾ ਕੇ ਵੀ ਹੱਸਦੇ ਖੇਡਦੇ ਚਮਕੀਲੇ ਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ। ਅਜੇ 1.5 ਘੰਟਾ ਪ੍ਰੋਗਰਾਮ ਲੱਗੇ ਨੂੰ ਹੋਇਆ ਸੀ ਕਿ ਇੱਕ ਕੇਸਰੀ ਪੱਗ ਵਾਲਾ ਮੁੰਡਾ ਚਮਕੀਲੇ ਨੂੰ ਇੱਕ ਪਰਚੀ ਫੜਾ ਗਿਆ। ਪਰਚੀ ਪੜਦਿਆਂ ਹੀ ਚਮਕੀਲਾ ਢਿੱਲਾ ਜਿਹਾ ਹੋ ਗਿਆ। ਉਸਦੇ ਵਿੱਚੋਂ ਗੀਤ ਗਾਉਣ ਵਾਲਾ ਜੋਸ਼ ਮੱਠਾ ਪੈ ਗਿਆ। ਪ੍ਰੋਗਰਾਮ ਖਤਮ ਕਰਨ ਸਾਰ ਉਹ ਸਟੇਜ ਦੇ ਪਿੱਛੇ ਗਿਆ ਤੇ ਉਸਨੇ ਬੀੜੀ ਦੇ ਲੰਮੇ ਲੰਮੇ ਕਸ਼ ਖਿੱਚਣੇ ਸ਼ੁਰੂ ਕਰ ਦਿੱਤੇ। ਸਾਜੀਆਂ ਨੇ ਸਾਜ ਇਕੱਠੇ ਕੀਤੇ ਤਾਂ ਚਮਕੀਲੇ ਨੇ ਦਮਾਦਮ ਉੱਥੋਂ ਕਾਰ ਵਿੱਚ ਬੈਠ ਕੇ ਨਿਕਲਣ ਦੀ ਕੀਤੀ ਸੀ। ਗੱਡੀ ਵਿੱਚ ਘਰ ਨੂੰ ਆਉਂਦਿਆਂ ਚਮਕੀਲਾ ਖਾਮੋਸ਼ ਅੱਖਾਂ ਬੰਦ ਕਰੀ ਬੈਠਾ ਸੀ। ਗੱਡੀ ਵਿੱਚ ਹੀ ਬੈਠਿਆਂ ਉਸਨੇ ਸਾਰੇ ਸਾਜੀਆਂ ਨੂੰ ਉਹਨਾਂ ਦੀ ਪੇਮੈਂਟ ਦੇ ਦਿੱਤੀ ਸੀ। ਕਾਫੀ ਵਾਟ ਕੱਢਣ ਮਗਰੋਂ ਆਖਿਰਕਾਰ ਗੱਡੀ ਅਮਰ ਸਿੰਘ ਚਮਕੀਲੇ ਦੇ ਜਮਾਲਪੁਰ ਵਾਲੇ ਘਰ ਦੇ ਮੂਹਰੇ ਆ ਕੇ ਖੜ ਗਈ। ਨੀਤੂ ਨੇ ਆਖਿਰਕਾਰ ਚਮਕੀਲੇ ਨੂੰ ਅਖਾੜੇ ਵੇਲੇ ਵਾਪਰੀ ਘਟਨਾ ਬਾਰੇ ਪੁੱਛ ਹੀ ਲਿਆ ਸੀ। ਤੁਸੀਂ ਅੱਜ ਬਹੁਤ ਉਦਾਸ ਸੀ, ਕੀ ਹੋਇਆ ਸੀ? ਕੁਝ ਨਹੀਂ, ਤੈਨੂੰ ਐਵੇਂ ਲੱਗਦਾ। ਚਮਕੀਲੇ ਨੇ ਗੱਲ ਟਾਲਣੀ ਚਾਹੀ ਸੀ। ਨਹੀਂ ਟਾਲੋ ਨਾ, ਕੋਈ ਗੱਲ ਤਾਂ ਜ਼ਰੂਰ ਹੋਈ ਸੀ। ਅਸੀਂ ਗੱਡੀ ਵਿੱਚ ਵੀ ਸਾਰੇ ਰਸਤੇ ਚੁੱਪ ਰਹੇ ਸੀ। ਬੰਦਾ ਜਦੋਂ ਕਿਸੇ ਦੇ ਕਰੀਬ ਰਹਿੰਦਾ ਤਾਂ ਉਸ ਵਿੱਚ ਆਈ ਨਿੱਕੀ ਜਿਹੀ ਤਬਦੀਲੀ ਨੂੰ ਵੀ ਝੱਟ ਫੜ ਲੈਂਦਾ। ਤੁਸੀਂ ਅੱਜ ਬਹੁਤ ਉਦਾਸ ਸੀ, ਮੈਨੂੰ ਬੇਸ਼ੱਕ ਕਾਰਨ ਨਾ ਦੱਸੋ ਪਰ ਇੰਝ ਹੀ ਹੱਸਦੇ ਰਿਹਾ ਕਰੋ। ਉਦਾਸੀ ਤੁਹਾਡੇ ਚਿਹਰੇ ਉੱਤੇ ਬਿਲਕੁਲ ਚੰਗੀ ਨਹੀਂ ਲੱਗਦੀ। ਨੀਤੂ ਦੇ ਹਮਦਰਦੀ ਭਰੇ ਬੋਲ ਨਿਕਲੇ ਸੀ। ਚਮਕੀਲਾ ਬੋਲਿਆ ਸੀ, ਦਰਅਸਲ ਨੀਤੂ ਮੈਂ ਬਹੁਤ ਇਕੱਲਾ ਜਿਹਾ ਹੋ ਜਾਂਦਾ ਕਈ ਵਾਰ। ਮੇਰੇ ਕੋਲ ਦੌਲਤ ਸ਼ੋਹਰਤ ਦੁੱਧ ਪੁੱਤ ਸਭ ਕੁਝ ਹੈ ਪਰ ਸਭ ਕਾਸੇ ਦੇ ਹੁੰਦਿਆਂ ਵੀ ਮੈਂ ਆਪਣੇ ਆਪ ਨੂੰ ਨੰਗ ਤੇ ਗਰੀਬੜਾ ਜਿਹਾ ਮਹਿਸੂਸ ਕਰਨ ਲੱਗ ਜਾਂਦਾ ਹਾਂ। ਮੈਂ ਅੰਦਰੋਂ ਬੁਰੀ ਤਰ੍ਹਾਂ ਟੁੱਟਿਆ ਪਿਆ ਹਾਂ। ਮੈਂ ਦਿਨ ਰਾਤ ਸਖ਼ਤ ਮਿਹਨਤ ਕਰਕੇ ਆਪਣਾ ਨਾਂ ਬਣਾਇਆ ਹੈ। ਲੋਕਾਂ ਵਿੱਚ ਮੈਂ ਆਪਣੀ ਕਲਾ ਅਤੇ ਮਿਹਨਤ ਨਾਲ ਮਕਬੂਲ ਹੋਇਆ ਹਾਂ। ਸਾਰੇ ਗਾਇਕ ਮੇਰੇ ਤੋਂ ਖਾਰ ਖਾਂਦੇ ਹਨ, ਮੇਰੇ ਗੀਤਾਂ ਨੂੰ ਲੱਚ ਰੱਖ ਕੇ ਭੰਡਦੇ ਹਨ ਜਦਕਿ ਉਹ ਆਪ ਵੀ ਇਹੋ ਕੁਝ ਹੀ ਕਰ ਰਹੇ ਹਨ। ਮੈਨੂੰ ਪ੍ਰੋਗਰਾਮ ਮਿਲਦੇ ਨੇ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਆਪਣੀ ਹਿੰਮਤ ਨਾਲ ਦਿਹਾੜੀ ਵਿੱਚ 3-3 ਅਖਾੜੇ ਲਾਉਂਦਾ ਹਾਂ। ਮੈਂ ਕਿਸੇ ਨੂੰ ਰੋਕਿਆ ਹੈ ਉਹ ਲਾ ਲੈਣ, ਬਸ ਐਵੇਂ ਮੇਰੇ ਤੋਂ ਸਭ ਜਲਦੇ ਰਹਿੰਦੇ। ਛਿੰਦੇ ਨੂੰ ਮੈਂ ਉਸਤਾਦ ਧਾਰ ਕੇ ਮਾਣ ਦਿੱਤਾ ਸੀ ਹਾਲਾਂਕਿ ਉਸਨੇ ਮੈਨੂੰ ਕੁਝ ਨਹੀਂ ਸਿਖਾਇਆ। ਉਹ ਵੀ ਜਸਵੰਤ ਭੰਮਰੇ ਤੋਂ ਸਿੱਖਿਆ ਤੇ ਮੈਂ ਵੀ ਭੰਮਰੇ ਤੋਂ ਸਿੱਖ ਕੇ
उस तो अगे लंघ गया हाँ तां उसनू यही बर्दाश्त करना औखा होया पिया है। माणक नू अमरजोत दा मेरे नाल गाउण दा दुख है। बब्बी जदों उस दीआं करतूतां कारण उस नाल गाउणा छड के आई सी तां ओह लोकां नू कहिंदा करदा सी किथे जाओगी आपे धक्के तुक्के खा के मेरे कोल ही आओगी। बब्बी ने मेरे नाल हिट हो के उस दे मूँह ते करारी चपेट लाई है। कई प्रोग्रामां विच लोकां दीआं मिन्नतां करके मैं माणक दे गीत सुणन लई सरोते नू मजबूर किया है। खाड़कू गरजंट सिंह बुद्ध सिंह वाला कुलदीप माणक दे घरे रहिंदा सी। माणक ने केरा पैग ला के बुद्ध सिंह वाले नू कहा यार बड़े खाड़कू बने करदे हो चमकीला श्रेयाम गंद पाई जांदा है चमकीले नू चुक दे। बुद्ध सिंह वाला कहिंदा माणक साहब आह गल्लां करके तुसी मेरे सामने बहुत बौने हो गए हो। तुसी चमकीले दी लकीर कट के नहीं उस नालों बट्टी खिंच के दिखाओ। साडी लड़ाई सरकार नाल है चमकीले नाल नहीं। दुआबे दे खाड़कू छिंदे गुड़ाउंदे रहिंदे सी। कई बार उन्होंने लोगों नूं धमका के मेरे प्रोग्राम कैंसल करवाए। सदीक अपने आप नूं दुगाणा गायकी दा बादशाह समझी करदा सी। हुण उस नूं कोई नहीं पुछदा तां इस विच उसदी गायकी दा दोष है मेरी की गलती है। जसवंत संधीला मेरी पहली घरवाली ते सहुरिआं नूं चुकदा थलदा रहिंदा। कदे अपने खाड़कू भरा पप्पू राहीं धमकियां दवाउण लग जांदा। साडे प्रोग्राम लोकां नूं डरा के ओह कैंसल करवा दिंदे हन। हालांकि इस संधीले नूं मैं 50 वारी अपने साइकिल ते बिठा के उसदे पिंड धांदरे छड के आया। किन्ने ही प्रोग्राम मैं उसनूं अपने बुक करा के दित्ते हन। बाकी होर भी किन्ने नाम गणावां तैनूं। कंध नाल ढोलां ही बैठे चमकीले ने अखां मीच के अपना सिर पिछे कंध नाल ला लिया। पर इहदे विच तुहानूं दस होण दी की लोड़ है। जे नींद हराम हुंदी है तां उहनां दी होण दिओ। नहीं तूने सजा दित्ता सी। नहीं नीतू मैं इहनां दी परवाह नहीं करदा। मैं अपनी कला नाल 8-10 किले जमीन बना ली है। यह मकान बना लिया है। दुगरी वाला घर समा दिता है। मैं बहरीन दुबई कनेडा ते अमेरिका दे टूर ला ले हन। हुण इंग्लैंड जाण दी गल चलदी है। फिल्मां वाले मेरे मगर गाने गवाउण लई तुरे फिरते हन। इस समय पंजाबी गायकां विच्चों सब तो वध पैसे कमा रहा हाँ। पर मेरी शोहरत ही मेरी बैरी बनी पई है। मैनू रोज़ जानों मारन दीआं धमकियां मिल रही हन। जणा खणा परची लिख के स्टेज ते सट जांदा है कि अज तैनू गोली मार देनी है जां अज तेरी गड्डी नूं घेर के अग लावांगे। मैं नित नित धमकियां सुणदा अक्किआ पिआ हां। कदे कदे तां मन विच आउंदा है वी साजियां नूं रफड़ा लै देवां ते कहां मैं गाउंदा हां ते तुसीं खड़े फैर करी जाओ। मैं गोलियां नूं ही संगीत समझ के गाई जाऊंगा। चमकीले ने सुक्या गला तर करन लई गलास चुक के पानी दी घुट भर लई। जे इहो जिही गल है तां तुसीं थोड़ी देर किधरे टल जाओ। नीतू ने अपनी समझ मुताबक मशवरा दिता। सरनीत की दुनिया विच कोई ऐसी थां है जिथे मौत नहीं आ सकती। जद मौत आनी है तां आके ही रहनी है। फिर बुझदना वांग भजन दा की फायदा। मैं मरन तो नहीं डरदा। जिहड़ी गोली मेरे लई बणी है ओह मेरे ही बजनी है। सच पुछे मैं बिलकुल परवाह नहीं करदा। मैं तां यही कहिंदा हां कि मैं हिक तान के खड़ा हां। जिन्हें कल मारना अज मार दवे। मेरे अंदरों जीण दी हसरत ते मौत दा खौफ मर चुक्या है। असी जदों कनेडा गए सी तां मैं चाहुंदा सी असी उत्थे ही रह जाइए। प्रमोटर नाल भी मेरी गल पक्की हो गई सी लेकिन बब्बी नहीं मनी। ओह कहिंदी जीपू बहुत छोटा है मेरा उस बिना जी नहीं लगना। मजबूरन सानू औलाद खातर पंजाब वापस आना पै गया। कनेडा एक होर गल हुई। वर्ल्ड सिख ऑर्गेनाइजेशन वाले उत्थे मेरे कोल आए ते मेरे कुछ गीतां उत्ते इतराज करन लगे। मैं उन्हां नूं दस्सिया सी कि मैं दरबार साहब जाके 5 मैंबरी कमेटी कोल पेश होया सी ते उन्हां नाल कीते वादे मुताबक नाम जप लै ते बाबा तेरा ननकाणा दो धार्मिक LP भी कर दिते। जो मेरे इतराज योग गीत हन ओह तां मैं स्टेजां उत्ते गाने भी बंद कीते होए हन। फिर भी उन्हां दा माण रखण लई मैं टोरंटो गुरद्वारे जाके संगत तों दुआरा माफ़ी मंग लई सी ते धार्मिक प्रोग्राम पेश कीता सी। नाले मैं उत्थे दस्सिया सी कि मैं जल्द ही आसा दी वार भी रिकॉर्ड करवा रहा हाँ। उत्थे मैनूं एक प्रचारक मिलिया सी। ओह मैनूं अपने घर लै गया। उसने मेरे धार्मिक गीतों की प्रशंसा करदिआं मैनूं $100 इनाम भी दिता सी। उसने मैनूं कहा सी कि चमकीले धार्मिक गीतों विच सिख कौम दे शहीदां दी महिमा गा के जो तू इकल्ले ने काम किया है ओह 100 रागी ढाडी भी मलके नहीं कर सकते। शहीदां दा तेरे सिर ते हमेशा मेहर भरिया हथ रहेगा। मैं अपने गीतां विच समाजिक बुराइयां नूं उघाड़ के समाज मूहरे रखिया है। मेरा धर्म ते कर्म लोकां दा मनोरंजन करन दा है। गाउणा साडा रोजगार है ते असीं उही गाउंदे हां जो लोक सुनना पसंद करदे हन। जे असीं लोकां दे मतलब दा ना गावांगे
ਤਾਂ ਲੋਕ ਸਾਨੂੰ ਸੁਣਨਾ ਛੱਡ ਦੇਣਗੇ। ਕੀ ਮੈਂ ਵੀ ਦੂਜੇ ਗਾਇਕਾਂ ਵਾਂਗ ਗਾਉਣਾ ਛੱਡ ਕੇ ਘਰੇ ਬੈਠ ਜਾਵਾਂ? ਮੈਂ ਆਪਣੇ ਮਨ ਵਿੱਚ ਧਾਰ ਲਈ ਸੀ ਕਿ ਮੈਂ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟਾਂਗਾ। ਇਸ ਲਈ ਅਸੀਂ ਕੈਨੇਡਾ ਰਹਿਣ ਦਾ ਵਿਚਾਰ ਤਿਆਗ ਕੇ ਵਾਪਸ ਪੰਜਾਬ ਆ ਗਏ। ਮੈਂ ਤਾਂ ਨਿਤੜਕ ਹਾਂ, ਲੇਕਿਨ ਮੇਰੇ ਸਾਜੀ ਕਈ ਵਾਰ ਡਰ ਜਾਂਦੇ ਨੇ। ਮੇਰੇ ਸਾਜੀ ਘਰ ਇਹ ਕਹਿ ਕੇ ਆਉਂਦੇ ਨੇ ਕਿ ਸਾਡੀ ਸ਼ਾਮ ਦੀ ਰੋਟੀ ਨਾ ਪਕਾਇਓ, ਪਤਾ ਨਹੀਂ ਅਸੀਂ ਮੁੜਨਾ ਵੀ ਹੈ ਜਾਂ ਨਹੀਂ। ਜਦੋਂ ਦੀਆਂ ਧਮਕੀਆਂ ਆਉਣ ਲੱਗੀਆਂ ਤਾਂ ਟਕਤਾਂ ਟੱਕਣ ਅਤੇ ਘੋਲੀ ਡਰਦੇ ਮਾਰੇ ਨਾਲ ਜਾਣੋ ਹਟ ਗਏ। ਸੱਤਾਕਾਰ ਵਿੱਚ ਖਿੜਕੀ ਵਾਲੇ ਪਾਸੇ ਨਹੀਂ ਬੈਠਦਾ, ਆਖ ਦਿੰਦਾ ਸਭ ਤੋਂ ਪਹਿਲਾਂ ਮੈਨੂੰ ਬਾਹਰ ਕੱਢ ਕੇ ਮਾਰਨਗੇ। ਮੈਂ ਉਸਨੂੰ ਹੌਸਲਾ ਦੇਣ ਲਈ ਆਖ ਦਿੰਦਾ ਹੁੰਦਾ ਕਿ ਜਦੋਂ ਗੋਲੀ ਚੱਲੂ ਮੈਂ ਮੂਹਰੇ ਹਿੱਕ ਤਾਣ ਕੇ ਖੜੂੰਗਾ। ਮਨ ਕੋ ਇੱਕ ਵਾਰ ਧਮਕੀ ਪੱਤਰ ਆਏ ਤੋਂ ਕੰਬਣ ਲੱਗ ਗਿਆ ਸੀ। ਉਸਦਾ ਦਿਲ ਧਰਾਉਣ ਲਈ ਮੈਂ ਰਾਤ ਨੂੰ ਉਸਨੂੰ ਤਿੱਤਰ ਦਾ ਮੀਟ ਖਵਾਉਣ ਲਈ ਲੈ ਗਿਆ। ਅੱਗੋਂ ਢਾਬਾ ਬੰਦ ਸੀ। ਮੁੜਦੇ ਹੋਏ ਮੈਂ ਉਸਨੂੰ ਕਿਹਾ ਕਿ ਮੈਂ ਮਰ ਕੇ ਵੀ ਤੇਰੇ ਤੋਂ ਤਿੱਤਰ ਖਾਣਾ ਆਇਆ ਕਰੂੰਗਾ। ਅਜਿਹਾ ਕਹਿਣ ਪਿੱਛੇ ਮੇਰਾ ਮਕਸਦ ਇਹੀ ਸੀ ਕਿ ਜਿਹਨੇ ਮਾਰਨਾ ਹੈ ਮੈਨੂੰ ਮਾਰਨਗੇ, ਤੁਹਾਨੂੰ ਕੁਝ ਨਹੀਂ ਕਹਿਣਗੇ। ਗੱਲਾਂ ਸੁਣਦੀ ਹੋਈ ਹਰਨੀਤ ਨੇ ਤੋਂ ਵੀ ਬਹੁਤ ਸੰਜੀਦਾ ਹੋ ਗਈ ਸੀ। ਪਰ ਸਾਰੇ ਹੀ ਤੁਹਾਡੇ ਵਰਗੇ ਗੀਤ ਗਾਉਂਦੇ ਹਨ। ਮਾਣਕ ਨੇ ਗਾਇਆ ਸੀ, ਇੱਦਾਂ ਤੈਨੂੰ ਰਗੜ ਸਿੱਟੂ ਜਿਵੇਂ ਰਗੜੀ ਕੁੰਡੇ ਵਿੱਚ ਮਹਿੰਦੀ। ਰਮਲੇ ਦਾ ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ, ਤੇ ਗੁਰਮੀਤ ਬਾਬਾ ਦਾ ਬਹੂ ਦੇ ਭੁਲੇਖੇ ਚੰਦਰਾ ਸੁੱਤੀ ਨੈਣ ਦੇ ਮੋਚਰੇ ਪਾ ਗਿਆ। ਦਦਾਰ ਦਾ ਮੇਰਾ ਜੋਬਨ ਪੀਤਾ ਕਈਆਂ ਨੇ, ਪਰ ਮੈਂ ਪੂਰੀ ਦੀ ਪੂਰੀ ਕੁੜੀ ਜਿਵੇਂ ਨਾਗ ਦਾ ਬੱਚਾ ਤੇ ਬਾਲੋਂ ਅੱਗ ਵਰਗੀ ਮੀਂਹ ਪੈਂਦੇ ਵਿੱਚ ਠਾਰੀ। ਤੁਹਾਡੇ ਪਿੱਛੇ ਹੀ ਲੋਕ ਕਿਉਂ ਪਏ ਹਨ? ਅੱਗੋਂ ਚਮਕੀਲੇ ਨੇ ਜਵਾਬ ਦਿੱਤਾ ਸੀ, ਇਨ ਲੋਗੋਂ ਕਾ ਕੋਈ ਅਮਾਨ ਨਹੀਂ, ਹਰ ਬਾਤ ਕੋ ਉਲਟਾ ਕਰ ਦਿੱਤੇ ਹਨ। ਬਹੁਤ ਬਹੁਤ ਧੰਨਵਾਦ ਦੋਸਤੋ, ਇਸੇ ਸਟੋਰੀ ਦਾ ਅਗਲਾ ਪਾਰਟ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ। ਧੰਨਵਾਦ ਜੀ।